ਲੁਧਿਆਣਾ ਪੁਲਿਸ ਦੇ ਵੱਲੋਂ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ। ਮੁੱਠਭੇੜ ਮੌਕੇ ਦੋਵੇਂ ਬਦਮਾਸ਼ਾਂ ਦੇ ਵਿੱਚੋਂ ਇੱਕ ਦੇ ਪੈਰ ਦੇ ਵਿੱਚ ਤੇ ਦੂਜੇ ਦੀ ਲੱਤ ਦੇ ਵਿੱਚ ਗੋਲੀ ਮਾਰੀ ਗਈ। ਦੱਸਦੇ ਕਿ ਪੁਲਿਸ ਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਸੀ ਔਰ 18 ਜੂਨ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਸੀ। ਮੁਹੱਲੇ ਦੇ ਵਿੱਚ ਖੜੀ ਗੱਡੀ ਭੰਨੀ ਗਈ ਸੀ ਅਤੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਲੱਭਣ ਦੇ ਵਿੱਚ ਕਾਮਯਾਬ ਹੋਈ। ਇੱਕ ਕਲੋਨੀ ਦੇ ਵਿੱਚ ਦੋਵੇਂ ਬਦਮਾਸ਼ ਲੁਕੇ ਹੋਏ ਸੀ ਤਾਂ ਪੁਲਿਸ ਦੇ ਵੱਲੋਂ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ। ਜ਼ਖਮੀ ਹੋਏ ਇਹਨਾਂ ਦੋਵੇਂ ਬਦਮਾਸ਼ਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਛਾਪੇਮਾਰੀ ਕਰਨ ਗਈ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੇਸੀ ਕੱਟੇ ਦੇ ਨਾਲ ਪੁਲਿਸ ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਪੁਲਿਸ ਨੇ ਆਪਣੇ ਬਚਾਅ ਦੇ ਲਈ ਜਦੋਂ ਫਾਇਰ ਕੀਤਾ ਤਾਂ ਦੋਵੇਂ ਬਦਮਾਸ਼ਾਂ ਦੇ ਵਿੱਚੋਂ ਇੱਕ ਦੇ ਪੈਰ ਦੇ ਵਿੱਚ ਦੂਜੇ ਦੀ ਲੱਤ ਦੇ ਵਿੱਚ ਗੋਲੀ ਵੱਜੀ। ਦੋਵੇਂ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਵੱਖ ਵੱਖ ਧਰਾਵਾਂ ਦੇ ਤਹਿਤ ਇਹਨਾਂ ਤੇ ਪਰਚਾ ਵੀ ਦਰਜ ਕੀਤਾ ਗਿਆ। ਇਹ ਕੱਲ੍ਹ ਰਾਤੀ ਲੁਧਿਆਣਾ ਕਮਿਸ਼ਨਰੇਟ ਦੇ ਏਰੀਏ ਦੇ ਵਿੱਚ ਜਿਹੜਾ ਸਾਡਾ ਪੁਲਿਸ ਸਟੇਸ਼ਨ ਹੈਬੋਵਾਲ ਹੈ, ਇਸ ਵਿੱਚ ਇੱਕ FIR 18/6 ਨੂੰ ਦਰਜ ਹੋਈ ਸੀ, 98 ਨੰਬਰ FIR, ਜਿਸ ਵਿੱਚ ਹੈਬੋਵਾਲ ਦੇ ਏਰੀਏ ਦੇ ਵਿੱਚ ਕਾਫੀ ਮੁੰਡਿਆਂ ਨੇ ਗੁੰਡਾਗਰਦੀ ਕੀਤੀ ਸੀ। ਇੱਕ ਬੰਦੇ ਦੇ ਘਰ ਦੇ ਉੱਪਰ ਪਥਰਾਵ ਕੀਤਾ ਸੀਗਾ, ਕਾਫੀ ਉੱਥੇ 307 ਆਰਮਸ ਐਕਟ ਦੇ ਤਹਿਤ 98 ਨੰਬਰ FIR ਦਰਜ ਹੋਈ ਸੀ। ਉਸ FIR ਦੇ ਜਿਹੜੇ ਦੋ ਮੇਨ ਦੋਸ਼ੀ ਸੀਗੇ, ਇੱਕ ਰਵਿੰਦਰ ਸਿੰਘ ਦੇਗਾ, ਦੂਜਾ ਸਤਿੰਦਰ ਸਿੰਘ ਹੈਪੀ, ਇਹਨਾਂ ਬਾਰੇ ਕੱਲ੍ਹ ਹੈਬੋਵਾਲ ਪੁਲਿਸ ਸਟੇਸ਼ਨ ਦੀ ਜਿਹੜੀ ਚੌਂਕੀ ਜਗਤਪੁਰੀ ਆ, ਉੱਥੋਂ ਦੇ ਮੁਲਾਜ਼ਮਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਇਹ ਚੂੜਪੁਰ ਵਾਲੀ ਸਾਈਡ ਰਾਮ ਇਨਕਲੇਵ ਪੈਂਦਾ, ਵੀ ਉਹਦੇ ਨੇੜੇ ਤੇੜੇ ਕਿਤੇ ਉੱਥੇ ਲੁਕੇ ਛਿਪੇ ਆ। ਤਾਂ ਜਦੋਂ ਲੇਟ ਨਾਈਟ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਰੇਡ ਕੀਤੀ, ਇਹਨਾਂ ਨੂੰ ਐਪਰੀਹੈਂਡ ਕਰਨ ਲਈ ਕੋਸ਼ਿਸ਼ ਕੀਤੀ, ਤਾਂ ਇਹਨਾਂ ਨੇ ਅੱਗੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ। ਤਾਂ ਇੱਕ ਗੋਲੀ ਜਿਹੜੀ ਹੈਗੀ ਹੈ ਸਾਡੀ ਸਰਕਾਰੀ ਗੱਡੀ 'ਚ ਲੱਗੀ, ਮੁਲਾਜ਼ਮਾਂ ਵੱਲ ਵੀ ਫਾਇਰ ਹੋਇਆ, ਤਾਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਉੱਥੇ ਫਾਇਰ ਕੀਤਾ। ਅਤੇ ਦੋਵੇਂ ਦੋਸ਼ੀਆਂ ਦੇ, ਇੱਕ ਦੋਸ਼ੀ ਦੇ ਸੱਜੀ ਲੱਤ 'ਚ ਗੋਲੀ ਲੱਗੀ ਹੈ, ਇੱਕ ਦੋਸ਼ੀ ਦੇ ਪੱਟ 'ਤੇ ਗੋਲੀ ਲੱਗੀ ਹੈ, ਅਤੇ ਦੋਵੇਂ ਦੋਸ਼ੀ ਜਿਹੜੇ ਇੰਜਰਡ ਹੋਏ ਇਹਨਾਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ। ਇਹਨਾਂ ਤੋਂ ਮੌਕੇ 'ਤੇ FSL ਦੀਆਂ ਟੀਮਾਂ ਮੰਗਾਈਆਂ ਗਈਆਂ, ਉਹਨਾਂ ਨੇ ਉੱਥੇ ਜਿਹੜੇ ਵੈਪਨ ਅਤੇ ਜਿਹੜੇ ਉੱਥੇ ਕਾਟਰੇਜ ਸੀਗੇ ਉਹ ਵੀ ਰਿਕਵਰ ਕੀਤੇ ਹੈਗੇ, ਅਤੇ ਇਮੀਡੀਏਟਲੀ ਦੋਵੇਂ ਦੋਸ਼ੀਆਂ ਨੂੰ ਐਪਰੀਹੈਂਡ ਕਰਕੇ ਜਿਹੜਾ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ। ਇਹ ਏਰੀਆ ਚੂੜਪੁਰ ਰੋਡ ਦੇ ਕੋਲ ਇੱਕ ਰਾਮ ਇਨਕਲੇਵ ਪੈਂਦਾ, ਉਹਦੇ ਅੱਗੇ ਜਾ ਕੇ ਜਿਹੜਾ ਹੈਗਾ ਉੱਥੇ ਸੁਨਸਾਨ ਜਗ੍ਹਾ ਦੇ ਵਿੱਚ ਛੁਪੇ ਹੋਏ ਸੀਗੇ। ਇਹਨਾਂ ਤੋਂ ਮੌਕੇ ਦੇ ਉੱਤੇ ਜਿਹੜੇ ਦੋ ਦੇਸੀ ਜਿਹੜੇ ਹੈਗੇ ਇਲੀਗਲ ਵੈਪਨ ਰਿਕਵਰ ਹੋਏ ਆ, ਕੁਛ ਇਹਨਾਂ ਤੋਂ ਖੋਲ ਵੀ ਮਿਲਿਆ ਜਿਹੜੇ ਇਹਨਾਂ ਨੇ ਫਾਇਰ ਕੀਤੇ ਸੀਗੇ। ਬਾਕੀ ਜਿਹੜੀ ਇਹਨਾਂ ਦੀ ਹੋਸਪਿਟਲ 'ਚ ਟ੍ਰੀਟਮੈਂਟ ਚੱਲ ਰਹੀ ਹੈ, ਇਹਨਾਂ ਨੂੰ ਮੌਕੇ ਤੋਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਹੋਸਪਿਟਲ 'ਚ ਐਡਮਿਟ ਕਰਾਤਾ ਸੀਗਾ, ਸਿਵਲ ਹੋਸਪਿਟਲ ਲੁਧਿਆਣਾ। ਅੱਗੇ ਇਹਨਾਂ ਦੀ ਹੁਣ ਜਿਵੇਂ ਟ੍ਰੀਟਮੈਂਟ ਹੁੰਦੀ ਹੈ ਉਹਦੇ ਬਾਅਦ ਜਿਹੜੀ ਇਹਨਾਂ ਦੀ ਕੋਸ਼ਿਸ਼ ਕਰਕੇ ਬਾਕੀ ਰਿਕਵਰੀ ਸੀ। ਇਹਦੇ ਵਿੱਚ ਅਸੀਂ ਜਦੋਂ ਇਹ ਜਿਹੜਾ ਸਵੇਰ ਦਾ ਇੰਸੀਡੈਂਟ ਹੋਇਆ ਇਹਦੇ ਸੰਬੰਧ ਵਿੱਚ FIR ਨੰਬਰ 101 ਜਿਹੜੀ ਅੱਜ ਦੀ ਡੇਟ ਦੀ ਹੈ ਅੰਡਰ ਸੈਕਸ਼ਨ 307/353-186 ਆਰਮਸ ਐਕਟ ਦੇ ਤਹਿਤ ਥਾਣਾ ਹੈਬੋਵਾਲ ਜਿਹੜੀ ਉਹ ਰਜਿਸਟਰ ਕੀਤੀ ਹੈ ਅਰਲੀ ਮਾਰਨਿੰਗ, ਅਤੇ ਉਹਦੀ ਜਿਹੜੀ ਤਫਤੀਸ਼ ਹੁਣ ਚੱਲ ਰਹੀ ਹੈ। ਇਹਨਾਂ 'ਤੇ ਦੇਖੋ ਜਿਹੜਾ ਸਤਿੰਦਰ ਸਿੰਘ ਹੈਪੀ ਹੈ ਉਹ ਆਲਰੇਡੀ ਉਹਦੇ ਉੱਤੇ 8-9 ਪਰਚੇ ਪਹਿਲਾਂ ਦਰਜ ਨੇ, ਬਾਕੀ ਉਹਦਾ ਅਸੀਂ ਕ੍ਰਿਮੀਨਲ ਰਿਕਾਰਡ ਵੈਰੀਫਾਈ ਵੀ ਕਰ ਰਹੇ ਹਾਂ। ਸਾਨੂੰ ਇਹ ਵੀ ਪਤਾ ਲੱਗੇ ਵੀ ਉਹ ਪਹਿਲਾਂ 3 ਮੁਕੱਦਮਿਆਂ 'ਚ PO ਵੀ ਚੱਲਿਆ ਰਿਹਾ ਸੀਗਾ, ਬਾਕੀ ਹੋਰ ਕਿੰਨੇ ਮੁਕੱਦਮਿਆਂ 'ਚ ਉਹ PO ਹੈ ਅਤੇ ਹੋਰ ਕਿਹੜੇ ਪਰਚੇ ਦਰਜ ਆ ਉਹ ਸਾਰਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ। ਜਿਹੜਾ ਦੂਜਾ ਦੋਸ਼ੀ ਸੀਗਾ ਰਵਿੰਦਰ ਸਿੰਘ ਤੇਗਾ ਉਹਦੇ ਉੱਤੇ ਵੀ ਕਰੀਬ 2 ਪਰਚੇ ਪਹਿਲਾਂ ਦਰਜ ਹੈ, ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀਆਂ ਡਿਟੇਲਸ ਵੈਰੀਫਾਈ ਕਰ। ਦੇਖੋ ਇਹ ਜਿਵੇਂ ਪਹਿਲਾਂ ਲੜਾਈ ਹੋਈ ਹੈਬੋਵਾਲ ਉਹਦੇ ਵਿੱਚ ਮੇਨ ਅਕਿਊਜ਼ ਸੀਗੇ, ਹੋਰ ਕਿਹੜੇ ਬੰਦੇ ਇਨਵੋਲਵ, ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਇਹਦੀ ਗਹਿਰਾਈ ਨਾਲ ਸਾਰੀ ਜਾਂਚ ਕਰਕੇ ਜਿਹੜਾ ਅਸੀਂ ਅੱਗੇ ਕਰਾਂਗੇ। ਲੁਧਿਆਣਾ ਪੁਲਿਸ ਦੇ ਵੱਲੋਂ ਦੋ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ। ਮੁੱਠਭੇੜ ਮੌਕੇ ਦੋਵੇਂ ਬਦਮਾਸ਼ਾਂ ਦੇ ਵਿੱਚੋਂ
ਇੱਕ ਦੇ ਪੈਰ ਦੇ ਵਿੱਚ ਤੇ ਦੂਜੇ ਦੀ ਲੱਤ ਦੇ ਵਿੱਚ ਗੋਲੀ ਮਾਰੀ ਗਈ। ਦੱਸਦੇ ਕਿ ਪੁਲਿਸ ਤੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਸੀ ਔਰ 18 ਜੂਨ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਹੁੱਲੜਬਾਜ਼ੀ ਕੀਤੀ ਗਈ ਸੀ। ਮੁਹੱਲੇ ਦੇ ਵਿੱਚ ਖੜੀ ਗੱਡੀ ਭੰਨੀ ਗਈ ਸੀ ਅਤੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਇਹਨਾਂ ਨੂੰ ਲੱਭਣ ਦੇ ਵਿੱਚ ਕਾਮਯਾਬ ਹੋਈ। ਇੱਕ ਕਲੋਨੀ ਦੇ ਵਿੱਚ ਦੋਵੇਂ ਬਦਮਾਸ਼ ਲੁਕੇ ਹੋਏ ਸੀ ਤਾਂ ਪੁਲਿਸ ਦੇ ਵੱਲੋਂ ਇਹਨਾਂ ਦਾ ਐਨਕਾਊਂਟਰ ਕੀਤਾ ਗਿਆ। ਜ਼ਖਮੀ ਹੋਏ ਇਹਨਾਂ ਦੋਵੇਂ ਬਦਮਾਸ਼ਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਛਾਪੇਮਾਰੀ ਕਰਨ ਗਈ ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੇਸੀ ਕੱਟੇ ਦੇ ਨਾਲ ਪੁਲਿਸ 'ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਪੁਲਿਸ ਨੇ ਆਪਣੇ ਬਚਾਅ ਦੇ ਲਈ ਜਦੋਂ ਫਾਇਰ ਕੀਤਾ ਤਾਂ ਦੋਵੇਂ ਬਦਮਾਸ਼ਾਂ ਦੇ ਵਿੱਚੋਂ ਇੱਕ ਦੇ ਪੈਰ ਦੇ ਵਿੱਚ ਦੂਜੇ ਦੀ ਲੱਤ ਦੇ ਵਿੱਚ ਗੋਲੀ ਵੱਜੀ। ਦੋਵੇਂ ਗੰਭੀਰ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਸਿਵਲ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ। ਵੱਖ ਵੱਖ ਧਰਾਵਾਂ ਦੇ ਤਹਿਤ ਇਹਨਾਂ 'ਤੇ ਪਰਚਾ ਵੀ ਦਰਜ ਕੀਤਾ ਗਿਆ। ਇਹ ਕੱਲ੍ਹ ਰਾਤੀ ਲੁਧਿਆਣਾ ਕਮਿਸ਼ਨਰੇਟ ਦੇ ਏਰੀਏ ਦੇ ਵਿੱਚ ਜਿਹੜਾ ਸਾਡਾ ਪੁਲਿਸ ਸਟੇਸ਼ਨ ਹੈਬੋਵਾਲ ਹੈ, ਇਸ ਵਿੱਚ ਇੱਕ FIR 18/6 ਨੂੰ ਦਰਜ ਹੋਈ ਸੀ, 98 ਨੰਬਰ FIR, ਜਿਸ ਵਿੱਚ ਹੈਬੋਵਾਲ ਦੇ ਏਰੀਏ ਦੇ ਵਿੱਚ ਕਾਫੀ ਮੁੰਡਿਆਂ ਨੇ ਗੁੰਡਾਗਰਦੀ ਕੀਤੀ ਸੀ। ਇੱਕ ਬੰਦੇ ਦੇ ਘਰ ਦੇ ਉੱਪਰ ਪਥਰਾਵ ਕੀਤਾ ਸੀਗਾ, ਕਾਫੀ ਉੱਥੇ 307 ਆਰਮਸ ਐਕਟ ਦੇ ਤਹਿਤ 98 ਨੰਬਰ FIR ਦਰਜ ਹੋਈ ਸੀ। ਉਸ FIR ਦੇ ਜਿਹੜੇ ਦੋ ਮੇਨ ਦੋਸ਼ੀ ਸੀਗੇ, ਇੱਕ ਰਵਿੰਦਰ ਸਿੰਘ ਦੇਗਾ, ਦੂਜਾ ਸਤਿੰਦਰ ਸਿੰਘ ਹੈਪੀ, ਇਹਨਾਂ ਬਾਰੇ ਕੱਲ੍ਹ ਹੈਬੋਵਾਲ ਪੁਲਿਸ ਸਟੇਸ਼ਨ ਦੀ ਜਿਹੜੀ ਚੌਂਕੀ ਜਗਤਪੁਰੀ ਆ, ਉੱਥੋਂ ਦੇ ਮੁਲਾਜ਼ਮਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਇਹ ਚੂੜਪੁਰ ਵਾਲੀ ਸਾਈਡ ਰਾਮ ਇਨਕਲੇਵ ਪੈਂਦਾ, ਵੀ ਉਹਦੇ ਨੇੜੇ ਤੇੜੇ ਕਿਤੇ ਉੱਥੇ ਲੁਕੇ ਛਿਪੇ ਆ। ਤਾਂ ਜਦੋਂ ਲੇਟ ਨਾਈਟ ਪੁਲਿਸ ਪਾਰਟੀ ਨੇ ਉੱਥੇ ਜਾ ਕੇ ਰੇਡ ਕੀਤੀ, ਇਹਨਾਂ ਨੂੰ ਐਪਰੀਹੈਂਡ ਕਰਨ ਲਈ ਕੋਸ਼ਿਸ਼ ਕੀਤੀ, ਤਾਂ ਇਹਨਾਂ ਨੇ ਅੱਗੋਂ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਕਰ ਦਿੱਤੀ। ਤਾਂ ਇੱਕ ਗੋਲੀ ਜਿਹੜੀ ਹੈਗੀ ਹੈ ਸਾਡੀ ਸਰਕਾਰੀ ਗੱਡੀ 'ਚ ਲੱਗੀ, ਮੁਲਾਜ਼ਮਾਂ ਵੱਲ ਵੀ ਫਾਇਰ ਹੋਇਆ, ਤਾਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਿਹੜੀ ਪੁਲਿਸ ਪਾਰਟੀ ਹੈ ਉਹਨੇ ਉੱਥੇ ਫਾਇਰ ਕੀਤਾ। ਅਤੇ ਇਹ ਦੋਵੇਂ ਦੋਸ਼ੀਆਂ ਦੇ, ਇੱਕ ਦੋਸ਼ੀ ਦੇ ਸੱਜੀ ਲੱਤ 'ਚ ਗੋਲੀ ਲੱਗੀ ਹੈ, ਇੱਕ ਦੋਸ਼ੀ ਦੇ ਪੱਟ 'ਤੇ ਗੋਲੀ ਲੱਗੀ ਹੈ, ਅਤੇ ਦੋਵੇਂ ਦੋਸ਼ੀ ਜਿਹੜੇ ਇੰਜਰਡ ਹੋਏ ਇਹਨਾਂ ਨੂੰ ਮੌਕੇ 'ਤੇ ਕਾਬੂ ਕੀਤਾ ਗਿਆ। ਇਹਨਾਂ ਤੋਂ ਮੌਕੇ 'ਤੇ FSL ਦੀਆਂ ਟੀਮਾਂ ਮੰਗਾਈਆਂ ਗਈਆਂ, ਉਹਨਾਂ ਨੇ ਉੱਥੇ ਜਿਹੜੇ ਵੈਪਨ ਅਤੇ ਜਿਹੜੇ ਉੱਥੇ ਕਾਰਟਰੇਜ ਸੀਗੇ ਉਹ ਵੀ ਰਿਕਵਰ ਕੀਤੇ ਹੈਗੇ, ਅਤੇ ਇਮੀਡੀਏਟਲੀ ਦੋਵੇਂ ਦੋਸ਼ੀਆਂ ਨੂੰ ਐਪਰੀਹੈਂਡ ਕਰਕੇ ਜਿਹੜਾ ਸਿਵਲ ਹਸਪੀਟਲ 'ਚ ਐਡਮਿਟ ਕਰਾਇਆ ਗਿਆ। ਇਹ ਏਰੀਆ ਚੂੜਪੁਰ ਰੋਡ ਦੇ ਕੋਲ ਇੱਕ ਰਾਮ ਇਨਕਲੇਵ ਪੈਂਦਾ, ਉਹਦੇ ਅੱਗੇ ਜਾ ਕੇ ਜਿਹੜਾ ਹੈਗਾ ਉੱਥੇ ਸੁਨਸਾਨ ਜਗ੍ਹਾ ਦੇ ਵਿੱਚ ਛੁਪੇ ਹੋਏ ਸੀਗੇ। ਇਹਨਾਂ ਤੋਂ ਮੌਕੇ ਦੇ ਉੱਤੇ ਜਿਹੜੇ ਦੋ ਦੇਸੀ ਜਿਹੜੇ ਹੈਗੇ ਇਲੀਗਲ ਵੈਪਨ ਰਿਕਵਰ ਹੋਏ ਆ, ਕੁਛ ਇਹਨਾਂ ਤੋਂ ਖੋਲ ਵੀ ਮਿਲਿਆ ਜਿਹੜੇ ਇਹਨਾਂ ਨੇ ਫਾਇਰ ਕੀਤੇ ਸੀਗੇ। ਬਾਕੀ ਜਿਹੜੀ ਇਹਨਾਂ ਦੀ ਹੋਸਪਿਟਲ 'ਚ ਟ੍ਰੀਟਮੈਂਟ ਚੱਲ ਰਹੀ ਹੈ, ਇਹਨਾਂ ਨੂੰ ਮੌਕੇ ਤੋਂ ਇਮੀਡੀਏਟਲੀ ਪੁਲਿਸ ਪਾਰਟੀ ਨੇ ਹੋਸਪਿਟਲ 'ਚ ਐਡਮਿਟ ਕਰਾਤਾ ਸੀਗਾ, ਸਿਵਲ ਹੋਸਪਿਟਲ ਲੁਧਿਆਣਾ। ਅੱਗੇ ਇਹਨਾਂ ਦੀ ਹੁਣ ਜਿਵੇਂ ਟ੍ਰੀਟਮੈਂਟ ਹੁੰਦੀ ਹੈ ਉਹਦੇ ਬਾਅਦ ਜਿਹੜੀ ਇਹਨਾਂ ਦੀ ਕੋਸ਼ਿਸ਼ ਕਰਕੇ ਬਾਕੀ ਰਿਕਵਰੀ ਸੀ। ਇਹਦੇ ਵਿੱਚ ਅਸੀਂ ਜਦੋਂ ਇਹ ਜਿਹੜਾ ਸਵੇਰ ਦਾ ਇੰਸੀਡੈਂਟ ਹੋਇਆ ਇਹਦੇ ਸੰਬੰਧ ਵਿੱਚ FIR ਨੰਬਰ 101 ਜਿਹੜੀ ਅੱਜ ਦੀ ਡੇਟ ਦੀ ਹੈ ਅੰਡਰ ਸੈਕਸ਼ਨ 307 353-186 ਆਰਮਸ ਐਕਟ ਦੇ ਤਹਿਤ ਥਾਣਾ ਹੈਬੋਵਾਲ ਜਿਹੜੀ ਰਜਿਸਟਰ ਕੀਤੀ ਹੈ ਅਰਲੀ ਮਾਰਨਿੰਗ, ਅਤੇ ਉਹਦੀ ਜਿਹੜੀ ਤਫਤੀਸ਼ ਹੈ ਹੁਣ ਚੱਲ ਰਹੀ ਹੈ। ਇਹਨਾਂ 'ਤੇ ਦੇਖੋ ਜਿਹੜਾ ਸਤਿੰਦਰ ਸਿੰਘ ਹੈਪੀ ਹੈ ਉਹ ਆਲਰੇਡੀ ਉਹਦੇ ਉੱਤੇ 8-9 ਪਰਚੇ ਪਹਿਲਾਂ ਦਰਜ ਨੇ, ਬਾਕੀ ਉਹਦਾ ਅਸੀਂ ਕ੍ਰਿਮੀਨਲ ਰਿਕਾਰਡ ਵੈਰੀਫਾਈ ਵੀ ਕਰ ਰਹੇ ਹਾਂ। ਸਾਨੂੰ ਇਹ ਵੀ ਪਤਾ ਲੱਗੇ ਵੀ ਉਹ ਪਹਿਲਾਂ 3 ਮੁਕੱਦਮਿਆਂ 'ਚ PO ਵੀ ਚੱਲਿਆ ਆ ਰਿਹਾ ਸੀਗਾ, ਬਾਕੀ ਹੋਰ ਕਿੰਨੇ ਮੁਕੱਦਮਿਆਂ 'ਚ ਉਹ PO ਹੈ ਅਤੇ ਹੋਰ ਕਿਹੜੇ ਪਰਚੇ ਦਰਜ ਆ ਉਹ ਸਾਰਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਹੈ। ਜਿਹੜਾ ਦੂਜਾ ਦੋਸ਼ੀ ਸੀਗਾ ਰਵਿੰਦਰ ਸਿੰਘ ਤੇਗਾ ਉਹਦੇ ਉੱਤੇ ਵੀ ਕਰੀਬ 2 ਪਰਚੇ ਪਹਿਲਾਂ ਦਰਜ ਹੈ, ਬਾਕੀ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀਆਂ ਡਿਟੇਲਸ ਵੈਰੀਫਾਈ ਕਰ ਰਹੇ ਹਾਂ। ਦੇਖੋ ਇਹ ਜਿਵੇਂ ਪਹਿਲਾਂ ਲੜਾਈ ਹੋਈ ਹੈਬੋਵਾਲ ਉਹਦੇ ਵਿੱਚ ਮੇਨ ਅਕਿਊਜ਼ ਸੀਗੇ, ਹੋਰ ਕਿਹੜੇ ਬੰਦੇ ਇਨਵੋਲਵ, ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ, ਇਹਦੀ ਗਹਿਰਾਈ ਨਾਲ ਸਾਰੀ ਜਾਂਚ ਕਰਕੇ ਜਿਹੜਾ ਅਸੀਂ ਅੱਗੇ ਕਰਾਂਗੇ।